ਜੈਕਰੂ ਆਪਾਂ ਬਾਈ ਪਾਤਾ ਪਿੰਜਰੇ ਚ ਕਿਉਂਕਿ ਬਈ ਆਪਾਂ ਬੈਲਾ ਘਰੇ ਸ਼ਿਫਟ ਕਰਤੀ ਹੁਣ ਤੋਂ ਆ ਘਰ ਬਈ ਜੈਕ ਦਾਗਾ ਆਪਣੇ ਹਸਕੀ ਦਾ ਬਾਕੀ ਇੱਧਰ ਕੂਲਰ ਲੱਗਿਆ ਹੋਇਆ ਇਹਦੇ ਇੱਥੇ ਪੂਰੇ ਨਿਆਰੇ ਨੇ ਉਰੇ ਇਹ ਪੂਰਾ ਕੰਫਰਟੇਬਲ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਮਿੱਤਰੋ ਠੀਕ ਠਾਕ ਆਜੋ ਮਿੱਤਰੋ ਹੁਣ ਆਪਾਂ ਆਪਣੇ ਮਾਸਟਰ ਖੋਡੇ ਦੇ ਅੰਦਰੋਂ ਆਪਣੀਆਂ ਛਾਤਰੀਆਂ ਕੱਢ ਲਈਏ ਇੱਕ ਤਾਂ ਬਈ ਆਪਾਂ ਚੇਂਜ ਕਰਨ ਲੱਗੇ ਆਪਣੀਆਂ ਛਾਤਰੀਆਂ ਦਾ ਕੱਪੜਾ ਦੂਜਾ ਆਪਾਂ ਬਈ ਛਾਤਰੀਆਂ ਲਾਉਣ ਲੱਗੇ ਆ ਇੱਕ ਤੇ ਦੋ ਬਹੁਤ ਸਾਰੇ ਭਾਈਆਂ ਦੇ ਕਮੈਂਟ ਵੀ ਕਹਿੰਦੇ ਭਾਈ ਛਾਤਰੀ ਇੱਕ ਹੋਰ ਲਾਓ ਹੋਰ ਲਾਓ ਬੱਚੇ ਛੇਦੀ ਗੱਜਣਗੇ ਤਾਂ ਮਿੱਤਰੋ ਅੱਜ ਆਪਾਂ ਦੋ ਛਾਤਰੀਆਂ ਲਾਉਣ ਲੱਗੇ ਆ ਇੱਕ ਬਈ ਆਪਾਂ ਇੱਥੇ ਕਪੜਾ ਸਿਉਂਦੰਨੇ ਆ ਇੱਕ ਇੱਥੇ ਸਿਉਂਦੰਨੇ ਇੱਕ ਆਪਣੇ ਕੋਲੇ ਆ ਪਈ ਹੈਗੀ ਤਾਂ ਦੋ ਮਿੱਤਰੋ ਦੋ ਛਾਤਰੀਆਂ ਹੋ ਗਈਆਂ ਆਪਣੇ ਕੋਲੇ ਛਾਤਰੀਆਂ ਬਈ ਆਪਾਂ ਲੈ ਕੇ ਚੱਲਦੇ ਆ ਬਾਅਦ ਚੋਂ ਜਾਂਦੇ ਹੋਏ ਉਸ ਤੋਂ ਪਹਿਲਾਂ ਬਈ ਆਪਾਂ ਕਬੂਤਰੀ ਦੇਖ ਲਈਏ ਆਪਣੀ ਇਹਦੇ ਆਂਡੇ ਤਾਂ ਨਹੀਂ ਕਿਤੇ ਖਰਾਬ ਹੋਏ ਤਾਂ ਮਿੱਤਰੋ ਕੀੜਾ ਤਾਂ ਮੈਨੂੰ ਕਿਤੇ ਇੱਥੇ ਨੇੜੇ ਤੇ ਢੇੜੇ ਦਿਖੀ ਨਹੀਂ ਆਂਦਾ ਜਦੋਂ ਦੀ ਲਕਸ਼ਮਣ ਰੇਖਾ ਮਾਰੀ ਆ ਬਈ ਸਾਰੇ ਕੀੜੇ ਭੱਜ ਗਏ ਇੱਥੋਂ ਤਾਂ ਮਿੱਤਰੋ ਬਾਹ ਕੀ ਮਾਤ ਹੈ ਬਈ ਬੱਚਾ ਕੱਢ ਲਿਆ ਓਏ ਕੀ ਮਾਤ ਹੈ ਬਈ ਬਹੁਤ ਸ਼ੁਕਰ ਓਏ ਸ਼ੁਕਰ ਅਕੀਰਤ ਆ ਫੋਨ ਫੜ ਛਡਾਓ ਫੋਨ ਫੜ ਜਾ ਛਡਾਓ ਸ਼ੁਕਰਾ 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 ਜਮ ਮਲਾ ਲਓ ਸ਼ੁਕਰਾ ਸ਼ੁਕਰਾ ਤਰਫਗੇ ਸੀ ਬਈ ਓਏ ਬੱਚਾ ਦੇਖਣ ਵਾਸਤੇ ਤੁਹਾਡਾ ਤਰਫਗੇ ਸੀ ਸ਼ੁਕਰਾ ਪ੍ਰਮਾਤਮਾ ਦਾ ਓਏ ਸ਼ੁਕਰਾ ਆਇਆ ਹੁਣ ਦਿਖਾਈਏ ਬੱਚਾ ਲੈ ਆਜੇ ਹੁਣ ਤੇਰਾ ਬੱਚਾ ਦਿਖਾ ਸਾਨੂੰ ਬਹੁਤ ਤਰਫਗੇ ਸੀ ਫੱਜੀ ਗਿਆ ਨਾ ਗਾਇਰ ਵਾਕੇ ਬਈ ਛੋਟਾ ਆ ਜਾ ਬੱਚਾ ਗਾ ਦੇਖੋ ਮਿੱਤਰੋ ਕੀ ਬਾਤ ਐ ਬਈ ਤੁਹਾਨੂੰ ਮਿੱਤਰੋ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਨਾਲੇ ਤੈਨੂੰ ਬਈ ਆਂਡਾ ਪਕੜਦਨੇ ਬਾਹਰ ਫੜ ਬਈ ਆਂਡਾ ਇੱਧਰ ਰੱਖ ਇਹਦੇ ਚੋਂ ਵੀ ਬੱਚਾ ਨਿਕਲਣ ਵਾਲਾ ਤਾਂ ਦੇਖੋ ਬਈ ਕਿੰਨਾ ਪਿਆਰਾ ਯਾ ਕਿਊਟ ਜਿਹਾ ਬੱਚਾ ਆਪਾਂ ਬੱਚੇ ਨੂੰ ਛੇੜਦੇ ਨਹੀਂ ਬਾਹਲਾ ਹੱਥ ਨਹੀਂ ਲਾਉਂਦੇ ਕਬੂਤਰੀ ਨੂੰ ਗਰਮੈਸ਼ ਦੇਣ ਦੋ ਆਪਾਂ ਹੁਣ ਜਮਾਂ ਵੀ ਰਿਸਕ ਨਹੀਂ ਲੈਣਾ ਬੱਚਿਆਂ ਦੇ ਮਾਮਲੇ 'ਚ ਆਹ ਕਬੂਤਰ ਆ ਬਈ ਇਹਦਾ ਜਾ ਬਈ ਜਾ ਬੈਠ ਬੱਚੇ ਤੇ ਬੈਠ ਜਾ ਕੇ ਆਪਦੇ ਤੇ ਲੋ ਬਈ ਕਬੂਤਰ ਬਹਿ ਗਿਆ ਜਾ ਕੇ ਆਪਦੇ ਬੱਚੇ ਤੇ ਚਲੋ ਇਹਨਾਂ ਨੂੰ ਬਾਕੀਆਂ ਨੂੰ ਦਾਣਾ ਪਾਣੀ ਪਾ ਦਿੰਨੇ ਆ ਤਾਂ ਭਾਈ ਆਪਣੀ ਗਾਨੀ ਵਾਲੀ ਜੋੜੀ ਦੇ ਬੱਚੇ ਆ ਗਏ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਵੀਰੇ ਬਹੁਤ-ਬਹੁਤ ਜਿਆਦਾ ਵਧਾਈਆਂ ਚਲੋ ਆਜੋ ਹੁਣ ਆਪਾਂ ਬਾਹਰ ਚੱਲਦੇ ਆ ਮਿੱਤਰੋ ਪਾਣੀ ਲੈ ਕੇ ਆਉਣੇ ਇਹਨਾਂ ਵਾਸਤੇ ਤੇ ਭਈ ਅੱਜ ਇਧਰ ਮੌਸਮ ਵੀ ਬੜਾ ਘੈਂਟ ਹੋ ਗਿਆ ਭਈ ਜਿਵੇਂ ਅੱਜ ਤੱਕ ਦਿਲ ਖੁਸ਼ ਹੋ ਗਿਆ ਸੱਚੀ ਯਾਰ ਉੱਤੋਂ ਗਰਮੀ ਵੀ ਘਟ ਗਈ ਠੰਡਾ ਮੌਸਮ ਹੋ ਰਿਹਾਗਾ ਅੱਜ ਜਾਊ ਭਈ ਨਿਆਰਾ ਕਿਰਤੇ ਦੋਨੇ ਖੁੱਡੇ ਖੋਲਦੇ ਉਹ ਵਾਲੇ ਟਰਕੀ ਵਾਲਾ ਵੀ ਖੋਲਦੇ ਇਧਰਲਾ ਵੀ ਖੋਲਦੇ ਇਧਰੋਂ ਆਈ ਕੋਈ ਖਬਰ ਹਾਂ ਠੀਕ ਆ ਸਾਰੇ ਕਾ ਬਾਤ ਹੈ ਭਈ ਇਧਰ ਵੀ ਆ ਗਈ ਲੋ ਜੀ ਇਧਰ ਭਈ ਆਪਣੀ ਲੱਕੀ ਕਬੂਤਰੀ ਨੇ ਦੂਜਾ ਅੰਡਾ ਵੀ ਧਰ ਲਿਆ ਚਲੋ ਜੀ ਇਹ ਵੀ ਬਹੁਤ ਵਧੀਆ ਹੋਇਆ ਅੱਜ ਦੋ ਗੁੱਡ ਨਿਊਜ਼ ਆ ਗਈਆਂ ਆਪਾਂ ਨੂੰ ਕੱਲ ਭਈ ਦੋ ਬੁਰੀਆਂ ਖਬਰਾਂ ਆਈਆਂ ਸੀ ਅੱਜ ਦੋ ਚੰਗੀਆਂ ਆ ਗਈਆਂ ਤਾਂ ਇਧਰਲੇ ਜੁਗਨੂ ਤੇ ਉਹਦੀ ਮਾਂ ਗਈ ਬਾਹਰ ਅੰਡਾ ਦਿੱਤਾ ਪਿਆ ਮੁਰਗੀ ਨੇ ਇਹ ਭਈ ਆਪਾਂ ਚੱਕ ਲੈਨੇ ਆ ਮੁਰਗੀ ਜੁਗਨੂ ਹੋਰਾਂ ਨੂੰ ਲੈ ਕੇ ਭਈ ਇਧਰ ਆ ਗਈ ਚਲੋ ਆਪਾਂ ਆਪਣੇ ਅਸਲੀ ਮੁਰਗਿਆਂ ਨੂੰ ਵੀ ਖੋਲ ਦਿੰਨੇ ਆ ਅਫੀਲ ਮੁਰਗੇ ਵੀ ਤਗੜੇ ਹੋਗੇ ਬਈ ਆਪਣੇ ਪੂਰੇ ਤਾਂ ਬਈ ਇੱਕ ਮੁਰਗਾ ਇਹਨਾਂ ਦੇ ਵਿੱਚ ਆਹ ਜਾਗਾ ਜਿਹਨੂੰ ਆਪਾਂ ਬਈ ਚੰਗੀ ਖਰਾਕ ਦੇ ਕੇ ਪਾਲਣਾ ਆ ਆਉਂਦਾ ਬਈ ਪਹਿਲੇ ਨੰਬਰ ਤੇ ਆ ਮੁਰਗਾ ਬਈ ਐਦੀ ਮੈਂ ਗੱਲ ਕਰਦਾ ਸੀ ਤਾਂ ਬਈ ਆ ਚਿੱਟਾ ਤੇ ਕਾਲਾ ਮੁਰਗਾ ਇਹਨੂੰ ਆਪਾਂ ਸਪੈਸ਼ਲ ਪਾਲਾਂਗੇ ਬਈ ਕਾਜੂ ਬਦਾਮ ਦੇ ਕੇ ਛੋਲੇ ਛੂਲੇ ਕਾਲੇ ਪਾ ਕੇ ਤਾਂ ਬਈ ਇਹਦਾ ਕੱਦ ਕਾਠ ਵੀ ਵਧੀਆ ਇਹਦੇ ਹੰਗ ਪੈਰ ਵੀ ਵਧੀਆ ਨੇ ਤਬ ਇਹ ਬਹੁਤ ਤਗੜਾ ਮੁਰਗਾ ਬਣੂਗਾ ਇਹਨੂੰ ਆਪਾਂ ਸਪੈਸ਼ਲ ਪਾਲਾਂਗੇ ਇੱਧਰ ਭਈ ਆਪਣੇ ਹੀਰ ਤੇ ਰਾਂਝਾ ਬੜੇ ਹੋਏ ਨੇ ਪੌਂਡ ਦੇ ਵਿੱਚ ਪਾਣੀ ਥੋੜਾ ਘੱਟ ਆ ਜਦੋਂ ਟੂਢੀ ਆ ਗਈ ਦੁਬਾਰੇ ਭਰ ਦਾਂਗੇ ਇਹਨਾਂ ਦਾ ਪੌਂਡ ਪਰ ਭਈ ਅੱਜ ਇਹ ਨੇ ਯਾਰੇ ਲਈ ਜਾਂਦੇ ਨੇ ਪੂਰੇ ਅੱਜ ਕੀ ਇਹ ਹਰ ਟਾਈਮ ਹੀ ਯਾਰੇ ਲੈਂਦੇ ਨੇ ਦਿਨ ਰਾਤ ਤੇ ਚਲੋ ਭਈ ਇਹਨਾਂ ਦਾ ਪੌਂਡ ਦੇ ਵਿੱਚ ਪਾਣੀ ਪਾਉਣਾ ਬਾਕੀ ਆ ਬਾਕੀ ਇੱਧਰ ਆਪਣੇ ਰੈਬਿਟ ਵੀ ਅੱਜ ਟਾਈਮ ਨਾਲ ਬਾਹਰ ਨਿਕਲੇ ਫਿਰਦੇ ਨੇ ਖੋਡਿਆਂ ਦੇ ਗੇਟ ਬੰਦ ਕਰਦੇ ਇੱਕ ਵਾਰੀ ਦਾਣੇ ਖਵਾ ਦਈਏ ਉਸ ਤੋਂ ਬਾਅਦ ਅੰਦਰ ਹੀ ਬੰਦ ਕਰਾਂਗੇ ਆਪਾਂ ਹੁਣ ਅੰਦਰ ਦਾਣੇ ਨਹੀਂ ਰੱਖਦੇ ਭੁੱਖੇ ਮਰਨਗੇ ਲੱਕੇ ਬਈ ਸਾਰੇ ਆ ਗਏ ਬਾਹਰ ਪਾਣੀ ਆਪਾਂ ਇਹਨਾਂ ਨੂੰ ਫਰੈਸ਼ ਰੱਖਤਾ ਨਾਲੇ ਪਾਤੇ ਦਾਣੇ ਆਜੋ ਹੁਣ ਆਪਾਂ ਉਧਰ ਚੱਲਦੇ ਆਂ ਇੱਧਰ ਬਈ ਬੱਦਲ ਗੱਜੀ ਜਾਂਦਾਗਾ ਮੀਂਹ ਆਉਣ ਵਾਲਾਗਾ ਪੂਰਾ ਐ ਸ਼ਾਹ ਕਾਲਾ ਹੋ ਰਿਹਾਗਾ ਪੂਰਾ ਗੱਜੀ ਜਾਂਦਾ ਫਟਾਫਟ ਆਪਾਂ ਆਪਣੇ ਕੰਮ ਕਾਰ ਨਿਬੇੜ ਲੀਏ ਬਈ ਚਲੋ ਬਈ ਪਾਈਏ ਤੁਹਾਨੂੰ ਪਾਣੀ ਨਵਾ ਆਇਓ ਬਈ ਚੱਕੋ ਬਈ ਇੱਕ ਚੀਜ਼ ਬਈ ਆਪਾਂ ਹੋਰ ਚੈੱਕ ਕਰਨੀ ਸੀ ਜਿਹੜਾ ਆਪਣਾ ਬੱਚਾ ਬਈ ਨਵੇਂ ਲਿਆਂਦੇ ਨੇ ਹਨਾ ਇੱਕ ਤਾਂ ਬਾਲਾ ਜਾਦੇ ਰੱਤਾ ਤਾਂ ਹੁਣ ਤੋਂ ਇੱਕ ਇੱਕ ਦੇ ਛੰਬ ਥੋੜੇ ਘਟਨੇ ਇਹ ਆ ਫਿਰਦਾ ਉਹ ਆ ਖੁੱਡੇ ਕੋਲੇ ਜਿਹਨੂੰ ਫਰੇ ਭਾਈ ਕਹਿੰਦੇ ਹੁੰਦੇ ਨੇ ਬਈ ਇਹਨੂੰ ਲੱਕਵਾਗਾ ਤਾਂ ਬਈ ਇਹਨੂੰ ਵੀ ਮੈਂ ਛੱਡ ਕੇ ਦੇਖ ਲੈਣਾ ਕੱਲ ਆਪਾਂ ਛੱਡ ਕੇ ਦੇਖਿਆ ਸੀ ਦੂਜੇ ਨੂੰ ਇਹਦੇ ਪਿੱਛੇ ਬੈਠਾ ਉਹ ਆ ਬੈਠਾ ਇਹਨੂੰ ਛੱਡਿਆ ਸੀ ਤਾਂ ਅੱਜ ਆਪਾਂ ਇਹਨੂੰ ਛੱਡ ਕੇ ਦੇਖ ਲੈਨੇ ਆ ਫਿਰਦਾ ਮਿੱਤਰੋ ਆ ਫੜ ਲਿਆ ਬਈ ਬੱਚਾ ਚਲੋ ਬਈ ਇਹਨੂੰ ਵੀ ਮੈਂ ਹੁਣ ਛੱਡ ਕੇ ਦਿਖਾ ਦਿੰਨਾ ਤੁਹਾਨੂੰ ਦੂਜਾ ਆਪਾਂ ਚੈੱਕ ਕਰਾਤਾ ਸੀ ਹੁਣ ਇਹਨੂੰ ਚੈੱਕ ਕਰਿਓ ਬਈ ਜਦੋਂ ਬੈਠੂ ਆ ਮੈਂ ਡਾਉਣਾ ਠੀਕ ਆ ਧਿਆਨ ਨਾਲ ਦੇਖਿਓ ਇਹ ਲੈ ਬਈ ਜਾ ਦੇਖੋ ਬਈ ਦੱਸੋ ਕੀ ਗੱਲਬਾਤ ਆ ਲੱਗਿਆ ਤੁਹਾਨੂੰ ਇਹੋ ਜਿਹਾ ਕੁਛ ਇਹਦੇ 'ਚ ਮਿੱਤਰੋ ਦਾਣਾ ਤੇ ਪਾਣੀ ਦੋਨੇ ਚੀਜ਼ਾਂ ਬਈ ਆਪਾਂ ਇਹਨਾਂ ਦੀਆਂ ਬਦਲਤੀਆਂ ਤੇ ਬਈ ਦੋਨੇ ਛਤਰੀਆਂ ਵੀ ਆਪਾਂ ਤਾਰ ਲੀਆਂ ਆਜੋ ਲੈ ਚਾਲਦੇ ਆ ਇਹਨਾਂ ਨੂੰ ਆਪਾਂ ਬਾਹਰ ਤੇ ਕਰ ਦਿੰਨੇ ਆਪਣਾ ਮਾਸਟਰ ਖੁੱਡਾ ਬੰਦ ਆਓ 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 ਮੇਤਰੋ ਇਹਨਾਂ ਨੂੰ ਸਾਰਿਆਂ ਨੂੰ ਇੱਥੇ ਖਾਣ ਪੀਣ ਦੋ ਖੇਡਣ ਦੋ ਕੁੱਦਣ ਦੋ ਆਇਓ ਆਪਾਂ ਜਿਹੜੇ ਆਪਣੇ ਇੱਕ ਦੋ ਮੇਨ ਕੰਮ ਨੇ ਉਹ ਕਰੀਏ ਪਹਿਲਾਂ ਬਈ ਇੱਧਰ ਆ ਹੀਰ ਰਾਂਜੇ ਦੇ ਪੌਂਡ ਦੇ ਵਿੱਚ ਲਾਲ ਮਿੱਟੀ ਆ ਇਹਨੂੰ ਆਪਾਂ ਜਿਹੜੀ ਜੋੜੀ ਨੇ ਆਪਣੀ ਨੇ ਉੱਤੇ ਆਂਡੇ ਧਰੇ ਹੋਏ ਨੇ ਉਹਦੇ ਆਲੇ ਦੁਆਲੇ ਲਾਵਾਂਗੇ ਬਈ ਬੱਟ ਜੀ ਬਣਾ ਕੇ ਆਪਾਂ ਮਿੱਟੀ ਲੈ ਚਾਲਦੇ ਇੱਥੋਂ ਖੋਰ ਕੇ ਥੋੜੀ ਜੀ ਆਪਾਂ ਇੰਨੀ ਕੁ ਲੈ ਚਾਲਦੇ ਆ ਬਈ ਇਹਨੂੰ ਰੱਖਦੇ ਆਪਾਂ ਇੱਥੇ ਤਬਈ ਇੱਥੇ ਆਪਾਂ ਵੱਟ ਬਣਾਉਣੀ ਆ ਇਹਨਾਂ ਦੇ ਕਬੂਤਰਾਂ ਦੇ ਅੰਡੇ ਵੀ ਆਪਾਂ ਖਰਾਬ ਨਹੀਂ ਕਰਨੇ ਇਹਨਾਂ ਤੋਂ ਬੱਚੇ ਲੈਣੇ ਨੇ ਜ਼ਰੂਰੀ ਕੋਸ਼ਿਸ਼ ਨਹੀਂ ਕਰਦੇ ਤੇਰੇ ਅੰਡਿਆਂ ਨੂੰ ਡਰਨਾ ਇਫੀਡੀਏ ਤੇ ਚੱਕੋ ਬਈ ਤਲੋ ਬਈ ਮਿੱਤਰੋ ਬੱਟਾਂ ਵਾਲਾ ਕੰਮ ਬਈ ਬਈ ਨਿਭੜ ਗਿਆ ਇਹ ਹੁਣ ਸੁੱਕ ਜੂਗੀ ਉਸ ਤੋਂ ਬਾਅਦ ਇਹਨਾਂ ਦੇ ਆਂਡੇ ਜਮਾ ਸੇਫ ਰਹਿਣਗੇ ਇੱਥੇ ਬੰਨ ਲਾ ਇਧਰ ਨਹੀਂ ਡਿੱਗਣੇ 1-1 ਇੰਚ ਉੱਚੀ ਬਣਾਤੀ ਬਈ ਬੱਟ ਜਮਾ ਓਕੇ ਦੀ ਰਿਪੋਰਟ ਹੈ ਇਧਰ ਦੇਖੋ ਬਈ ਆਂਡੇ ਪਿੱਛੇ ਨੇ ਤਾਂ ਬਈ ਬਿਲਕੁਲ ਠੀਕ ਠਾਕ ਆ ਇੱਥੇ ਚਲੋ ਬਈ ਅੱਜ ਆਪਣਾ ਬਾਟ ਵਾਲਾ ਕੰਮ ਵੀ ਨਿਬੜ ਗਿਆ ਆਂਡੇ ਸਿਕਿਉਰ ਹੋ ਗਏ ਹੁਣ ਇਹਨਾਂ ਦੇ ਆ ਜਾ ਬਈ ਬਾਹਰ ਮਿੱਤਰੋ ਆ ਟੋਲੀ ਬਈ ਮੈਂ ਸਾਫ਼ ਕਰ ਲਈ ਇਹ ਆਪਾਂ ਫੀਲ ਚੂਚੇ ਵਾਲੇ ਪਿੰਜਰੇ ਚ ਰੱਖੀ ਹੋਈ ਸੀ ਪਾਣੀ ਵਾਸਤੇ ਤਾਂ ਬਈ ਮੇਰੇ ਦਿਮਾਗ ਚ ਫਕੀਮ ਆਈ ਆ ਹੁਣ ਇੱਕ ਵੀ ਜਿਹੜਾ ਇਹਦਾ ਗਾਲਾ ਹਨ ਇਹਨੂੰ ਥੋੜਾ ਜਿਹਾ ਹੋਰ ਵੱਡ ਕੇ ਚੌੜਾ ਕਰ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਆਪਣੇ ਕੋਕਟੇਲਾਂ ਵਾਸਤੇ ਬਰੀਡਿੰਗ ਪ੍ਰੋਸੈਸ ਲਾਵਾਂਗੇ ਇਹਦਾ ਪਾਹਨਾ ਆਹੋ ਆ ਵੀ ਨਿਬੜ ਗਿਆ ਬਈ ਆਪਣਾ ਕੰਮ ਲੋ ਬਈ ਮਿੱਤਰੋ ਇੰਨਾ ਵੱਡ ਲਿਆ ਮੈਂ ਮੇਰੇ ਖਿਆਲ ਚ ਇੰਨਾ ਮੋੜਾ ਇਹਨਾਂ ਨੂੰ ਬਹੁਤ ਹੋਣਾ ਕੋਕਟੇਲਾਂ ਨੂੰ ਅੰਦਰ ਜਾਣ ਵਾਸਤੇ ਤੇ ਚਲੋ ਬਈ ਆਪਾਂ ਮਾਸਟਰ ਕੇਜ ਦਾ ਗੇਟ ਖੋਲ ਲੈਨੇ ਆ ਤੇ ਚਲਦੇ ਆਂ ਅੰਦਰ ਤੇ ਟੰਗਦੇ ਆਂ ਜਾ ਕੇ ਇਹਨਾਂ ਦਾ ਬਰੀਡਿੰਗ ਪ੍ਰੋਸੈਸ ਲੋ ਬਈ ਰਾਜਾ ਰਾਣੀ ਆ ਆ ਗਿਆ ਤੁਹਾਡਾ ਬਰੀਡਿੰਗ ਪ੍ਰੋਸੈਸ ਇਨਾ ਤੁਹਾਨੂੰ ਬਹੁਤ ਆ ਮੈਂ ਬਾਦੂ ਖੁੱਲਾ ਕਰਤਾ ਇਹਦਾ ਮੂੰਹ ਕਿਵੇਂ ਮਰਜੀ ਬੜੀ ਜਾਏ ਉਹ ਅੰਦਰ ਕਿਵੇਂ ਮਰਜੀ ਨਿਕਲੀ ਚੱਲਿਓ ਦੱਸੋ ਕਿੱਥੇ ਟੰਗੀ ਏ ਤੇ ਛੇਦੀ ਛੇਦੀ ਅੰਡੇ ਧਰ ਲਿਓ ਬੱਸ ਚੱਕ ਲਈ ਏ ਇਧਰ ਦੇਖੋ ਮਿੱਤਰੋ ਲਓ ਜੀ ਭਈ ਆਪਾਂ ਕੋਕਟੇਲਾ ਵਾਸਤੇ ਵੀ ਬਰੀਡਿੰਗ ਪ੍ਰੋਸੈਸ ਲਾਤਾ ਇਹਨਾਂ ਦਾ ਉਤੋਂ ਮੈਂ ਚੰਗੀ ਤਰ੍ਹਾਂ ਰੱਸੀ ਨਾਲ ਜਮਾ ਬੰਨ ਤਾਂ ਸਹੀ ਤਰ੍ਹਾਂ ਹੁਣ ਜਮਾ ਨਹੀਂ ਭਈ ਇਹ ਉਹ ਹੁੰਦਾ ਹੈ ਨਾ ਡੇਗਦਾ ਕਰਦਾ ਬਹੁਤ ਫੱਟਾ ਉਸ ਤੋਂ ਬਾਅਦ ਭਈ ਕੱਲ ਨੂੰ ਆਪਾਂ ਕੱਚੀ ਤਾਰ ਲਿਆ ਕੇ ਨਾ ਇੱਥੋਂ ਇਹਨੂੰ ਐ ਲੈ ਕੇ ਉਹ ਪਰਲੇ ਪਾਸੇ 62 ਪਾ ਕੇ ਉੱਥੋਂ ਵੀ ਕਾਫ ਦਾ ਆਂਗੇ ਤਾਂ ਫਿਰ ਥੱਲੋਂ ਵੀ ਨਹੀਂ ਹਲਣਾ ਤਾਂ ਬਈ ਇਹ ਨਾ ਵਾਸਤੇ ਐਡਾ ਬਹੁਤ ਆ ਇੱਕ ਭਾਈ ਕਹਿੰਦੇ ਸੀ ਵੱਡੀ ਕੁਜੀ ਲਾਇਓ ਤਾਂ ਬਈ ਇਹ ਵੀ ਵੱਡੀ ਕੁਜੀ ਵਰ ਗਈ ਆ ਥੱਲੋਂ ਬਹੁਤ ਚੌੜਾ ਹੈਗਾ ਤਾਂ ਬਈ ਬੱਚੇ ਵਧੀਆ ਨਿਕਲ ਲੰਗੇ ਇਹਦੇ ਵਿੱਚ ਤਾਂ ਮੇਤਰੋ ਆਪਣਾ ਆ ਵੱਡਾ ਰਹਿਦਾ ਕੰਮ ਵੀ ਅੱਜ ਪੂਰਾ ਹੋ ਗਿਆ ਜਿਹੜੇ ਮੇਤਰੋ ਆ ਪੋਤੇ ਨੇ ਬਈ ਹਨਾ ਇਹਨਾਂ ਨੂੰ ਆਪਣੇ ਤੋਤੇ ਖਾਂਦੇ ਨਹੀਂ ਤਾਂ ਕਰਕੇ ਹੁਣੇ ਬੱਚੇ ਹੋਏ ਨੇ ਹੁਣ ਤੱਕ ਉਧਰ ਉਹ ਗਮਲੇ ਦੇ ਵਿੱਚ ਦੁਪਹਿਰ ਖੜੀ ਸੀ ਤੇ ਉਦੋਂ ਪਰਲੇ ਪੀਲੇ ਦੇ ਵਿੱਚ ਹਣਾ ਇੱਕ ਫੁੱਲ ਸੀ ਤਾਂ ਭਈ ਉਹ ਦੋਨਾਂ ਨੂੰ ਖਾ ਗਏ ਇਹ ਤਿੰਨ ਬਚੇ ਹੋਏ ਨੇ ਹੁਣ ਤੱਕ ਤਾਂ ਭਈ ਆਪਾਂ ਮਾਸਟਰ ਕੇਜ ਦੇ ਅੰਦਰ ਮਾਲੀ ਤੋਂ ਪੁੱਛ ਕੇ ਇਹ ਜੇ ਇੱਕ ਦੋ ਪੌਦੇ ਹੋਰ ਲਾ ਦਾਂਗੇ ਵੀ ਜਿਹੜੇ ਤੋਤੇ ਖਾਨ ਨਾ ਹਨਾ ਤੇ ਇਹਦੇ ਬਾਹਰਲੇ ਪਾਸੇ ਲਾਵਾਂਗੇ ਆਪਾਂ ਡੈਕੋਰੇਸ਼ਨ ਵਾਲੇ ਦੇਖੋ ਮਿੱਤਰੋ ਕਿੰਨੇ ਪਿਆਰੇ ਲੱਗਦੇ ਨੇ ਭਾਈ ਚਿੱਟੀਆਂ ਚਿੜੀਆਂ ਹੁਣ ਆਪਣੇ ਚਾਰ ਹੋ ਗਈਆਂ ਦੇਖੋ ਆ ਝੂਲੇ ਲਈ ਜਾਂਦਾ ਇਹ ਵੀ ਬੱਚਾ ਇਹਨਾਂ ਦਾ ਤੇ ਉਹ ਥੱਲੇ ਬੈਠੀਆਂ ਇਹਨਾਂ ਚ ਇੱਕ ਵੱਡੀ ਆ ਇੱਕ ਬੱਚਾਗਾ ਤਾਂ ਮੇਟਰ ਬਹੁਤ ਪਿਆਰਾ ਲੱਗ ਰਿਹਾ ਇਹਨਾਂ ਨੂੰ ਦੇਖ ਕੇ ਵੀ ਇੱਥੇ ਇਹਨਾਂ ਦਾ ਵਾਧਾ ਦੇਖ ਕੇ ਹਨਾ ਆਪਣੇ ਮਾਸਟਰ ਕੇ ਦੇ ਅੰਦਰ ਬਾਕੀ ਬਈ ਨਵਾਂ ਦਾਣਾ ਪਾਤਾ ਨਵਾਂ ਪਾਣੀ ਪਾਤਾ ਇਹ ਸਾਰੇ ਆ ਗਏ ਬਈ ਥੱਲੇ ਖਾਣ ਤੇ ਚਲੋ ਬਾਕੀ ਦੇ ਦਾਣੇ ਆਪਾਂ ਲੈ ਚਾਲਦੇ ਆਂ ਬਾਈ ਨਿਕੇ ਮੋਟੇ ਸਾਰੇ ਕੰਮ ਹੋ ਗਏ ਮਾਸਟਰ ਖੁੱਡੇ ਦੇ ਅੰਦਰ ਆਪਾਂ ਮਿੱਟੀ ਲਾਤੀ ਆਂਡਿਆਂ ਦੇ ਵਾਲੇ ਦਿਵਾਲੇ ਤੇ ਬਈ ਉਧਰ ਮਾਸਟਰ ਕੇਜ ਦੇ ਅੰਦਰ ਰਾਜਾ ਰਾਣੀ ਵਾਸਤੇ ਬਰੀਡਿੰਗ ਪ੍ਰੋਸੈਸ ਲੱਗ ਗਿਆ ਬਈ ਜਿਹੜਾ ਕੀ ਬਹੁ ਟਾਈਮ ਤੋਂ ਕੰਮ ਫਸਿਆ ਹੋਇਆ ਸੀ ਆਪਣਾ ਉਹਨਾਂ ਵਾਸਤੇ ਵੱਡਾ ਕੁੱਝਾ ਲਾਉਣਾ ਸੀ ਪਰ ਅੱਜ ਮੇਰੇ ਦਿਮਾਗ 'ਚ ਉਹ ਢੋਲੀ ਆ ਗਈ ਮੈਂ ਉਹਨੂੰ ਥੋੜਾ ਜਿਹਾ ਹੋਰ ਵੱਡ ਕੇ ਉੱਥੇ ਫਿੱਟ ਕਰਤਾ ਹੁਣ ਜਲਦੀ ਉਮੀਦ ਆ ਭਈ ਉਹ ਛੇਤੀ ਛੇਤੀ ਆਂਡੇ ਧਰਨਗੇ ਆਪਣੇ ਕੋਕਟੇਲ ਤੇ ਵਾਅਦਾ ਕਰਨਗੇ ਆਪਦਾ ਬਾਕੀ ਭਈ ਇਹਨਾਂ ਨੇ ਦਾਣਾ ਪਾਣੀ ਖਾ ਰਖਿਆ ਰਾਜ ਪੁੱਜ ਰਹੇ ਨੇ ਉਹੀ ਫਿਰਦੇ ਨੇ ਬਸ ਇਹਨਾਂ ਨੂੰ ਹੁਣ ਬੰਦ ਕਰਨ ਦੀ ਵਾਰੀ ਆ ਇੱਧਰ ਹੀਰ ਤੇ ਰਾਂਝਾ ਲਾਉਂਦੇ ਫਿਰਦੇ ਨੇ ਤਾਰੀਆਂ ਤੇ ਭਈ ਆਹ ਦੋਨੇ ਛਾਤਰੀਆਂ ਚੱਲ ਕੇ ਹੁਣ ਆਪਾਂ ਘਰੇ ਫੜਾ ਦਿੰਨੇ ਆ ਤੇ ਕਰਦੇ ਕੱਲ ਨੂੰ ਆਪਾਂ ਨੂੰ ਆਹ ਦੋਨੇ ਤਿਆਰ ਕਰਕੇ ਦੇ ਦੇਣਗੇ ਤੇ ਆਪਾਂ ਦੋਨੇ ਛਾਤਰੀਆਂ ਨੂੰ ਆਪਾਂ ਇੱਕ ਨੂੰ ਉੱਥੇ ਲਾ ਦਾਂਗੇ ਇੱਕ ਨੂੰ ਇੱਥੇ ਲਾ ਦਾਂਗੇ ਦੋਨੋਂ ਨੂੰ ਇੱਕ ਦੂਜੀ ਦੇ ਕੋਲੇ ਕੋਲੇ ਲਾ ਦਾਂਗੇ ਬਾਈ ਫਿਰ ਆਪਣੇ ਬੱਚੇ ਬਹੁਤ ਜਲਦੀ ਗਿੱਜਣਗੇ ਆਪਣੀਆਂ ਛਾਤਰੀਆਂ ਤੇ ਬਾਈ 네ਰਾ ਹੋ ਰਿਹਾਗਾ ਹੁਣ ਫੇਰ ਖੋਡੇ ਦੇ ਵਿੱਚ ਆਏ ਆ ਦੇਖਣ ਪਹਿਲਾਂ ਆਪਾਂ ਲਾਈਟ ਲਾ ਲਈਏ ਤੇ ਪਹਿਲਾਂ ਆਪਾਂ ਦੇਖ ਲਈਏ ਬਈ ਇਧਰ ਕੀ ਹਾਲਚਾਲ ਆ ਕਬੂਤਰੀ ਦਾ ਕੀੜੇ ਕੁੜੇ ਤਾਂ ਨਹੀਂ ਆਏ ਕਿਉਂਕਿ ਬਈ ਬੱਚੇ ਕੱਡੇ ਹੋਏ ਨੇ ਹਨਾ ਤਾਂ ਦੇਖਣਾ ਜ਼ਰੂਰੀ ਹੈ ਵੀਰੇ ਹਨਾ ਇਹਦਾ ਹਾਲਚਾਲ ਬਾਕੀ ਬਈ ਠੀਕ ਆ ਕਬੂਤਰੀ ਜਮਾ ਓਕੇ ਆ ਤੇ ਕੋਈ ਕੀੜਾ ਕੁੜਾ ਵੀ ਨਹੀਂ ਹੈਗਾ ਲਾਸੇ ਨਾਲ ਪਾਸੇ ਤੇ ਬੱਚਾ ਦੇਖ ਲਈ ਬਈ ਆਪਣਾ ਕਿਵੇਂ ਮਾੜਾ ਜਾਂ ਬੁਝਕੇ ਇਹਨੂੰ ਚੱਕ ਕੇ ਜੇ ਠੀਕ ਆ ਬਈ ਜੋ ਆ ਪਤੰਗ ਨਹੀਂ ਕਰਨਾ ਬੱਚਾ ਸਹੀ ਆ ਤੇ ਚਲੋ ਬਈ ਹੁਣ ਆਪਾਂ ਖੋਡੇ ਨੂੰ ਕਰਦੇ ਆ ਆਪਣੇ ਨੂੰ ਬੰਦ ਜੈਕ ਨੂੰ ਬਈ ਆਪਾਂ ਖੋਲ ਕੇ ਇੱਥੇ ਬੰਨਤਾ ਬਾਹਰ ਤੇ ਬੈਲਾ ਆਪਣੇ ਘਰੇ ਆ ਮਿੱਤਰੋ ਕਬੂਤਰੀ ਤੇ ਬੱਚਾ ਬਈ ਆਪਾਂ ਜਾਂਦੇ ਆਂਦੇ ਫੇਰ ਚੈੱਕ ਕਰ ਲੇ ਬਾਕੀ ਭਈ ਆਪਣੀ ਕੱਲ ਨੂੰ ਛਾਤਰੀਆਂ ਆ ਜਾਣਗੀਆਂ ਦੋਨੇ ਤਿਆਰ ਹੋ ਕੇ ਕਪੜਾ ਲਾ ਕੇ ਬਾਕੀ ਸਾਰੇ ਜਾਨਵਰ ਮਿੱਤਰੋ ਆਪਾਂ ਇੱਧਰ ਉੱਧਰ ਵਾਲੇ ਜਮਾਂ ਬੰਦ ਕਰਤੇ ਆਸੀ ਮਿੱਤਰੋ ਆਪਣੀ ਅੱਜ ਦੀ ਵੀਡੀਓ ਵੀਡੀਓ ਸੋਹਣੀ ਲੱਗੀ ਹੋਵੇ ਤਾਂ ਭਾਈ ਲਾਈਕ ਜ਼ਰੂਰ ਕਰ ਲਿਓ ਨਾਲੇ ਚੈਨਲ ਸਬਸਕ੍ਰਾਈਬ ਕਰ ਲਿਓ ਆਪਣਾ ਮਿਲਦੇ ਇੱਕ ਨਵੀਂ ਵੀਡੀਓ ਚ ਨਵੇਂ ਟੌਪਿਕ ਤੇ ਰੱਬ ਰਾਖਾ ਜੱਟੋ